ਜਦੋਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਰਹੀ ਸੀ ਤਕਰੀਬਨ ਸਾਰੇ ਐਮਪੀਆਂ ਨੇ ਦੋ ਰਾਜ ਸਭਾ ਦੇ ਨੇ ਇਹ ਕਿਹਾ ਵੀ ਲਾਕਡਾਊਨ ਲਾਓ ਕੈਬਨਿਟ ਦੇ ਵਿੱਚ ਆਪਣੇ ਆਸ਼ੂ ਜੀ ਮੰਤਰੀ ਨੇ ਜਿਹੜੇ ਉਹਨਾਂ ਨੇ ਮੈਂ ਸਮਝਦਾ 15 ਮਿੰਟ ਬੋਲੇ ਹੋਣੇ ਕੈਬਨਿਟ ਮੀਟਿੰਗ 'ਚ ਕੱਲੇ ਵੀ ਲਾਕਡਾਊਨ ਲਾਓ ਜਿਹੜੇ ਉਰੇ ਕੰਮ ਕਰਨ ਆਉਂਦੇ ਆ ਉਹਨਾਂ ਨੂੰ ਖਾਣ ਦਾ ਕਿਉਂਕਿ ਰੋਜ਼ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣੀ ਆ ਰੋਜ਼ ਰੇੜੀ ਫੜੀ ਵਾਲੇ ਨੂੰ ਉਹਨੂੰ ਕਿਵੇਂ ਕਰਾਂਗਾ ਉਹਨਾਂ ਦੇ ਲਈ ਉਹ ਜਿਹੜਾ ਇਹ ਲਾਕਡਾਊਨ ਨਹੀਂ ਲਾਇਆ ਹਜੇ ਤੱਕ ਬਗੈਰ ਟੈਸਟ ਤੋਂ ਉਹ ਕਈ ਬੰਦੇ ਐਸੇ ਆ ਵੀ ਉਹਨੂੰ ਨੈਗੇਟਿਵ ਰਿਪੋਰਟ ਦਾ ਜਿਹੜਾ ਸਰਟੀਫਿਕੇਟ ਦੇ ਰਹੇ ਇਹਨਾਂ ਨੂੰ ਕੁਛ ਨਹੀਂ ਕਹਿਣਾ ਇਹਨਾਂ 'ਤੇ ਚਲਾਣ ਇਹ ਤਾਂ ਉਹਨਾਂ ਦੇ ਇੱਕ ਡਰ ਆ ਇੱਕ ਸਹਿਮ ਆ ਵੀ ਚਲੇ ਜਾਈਏ ਪਤਾ ਨਹੀਂ ਕੀ ਹੋ ਜਾਣਾ ਜਿਹੜੇ ਬੱਸਾਂ ਦੇ ਮਾਲਕ ਨੇ ਉਹਨਾਂ 'ਤੇ ਰੱਜ ਕੇ ਵੱਡੇ ਤੋਂ ਵੱਡੇ ਉਹਨਾਂ ਦੀਆਂ ਬੱਸਾਂ ਸੀ ਅਤੇ ਉਹਨਾਂ 'ਤੇ ਚਲਾਣ ਆ ਜਿਹੜਾ ਭਾਰੀ ਕਰਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਕਰਾਂ ਆਪਾਂ ਸਭ ਤੋਂ ਵੱਧ ਧਾਰਮਿਕ ਹੋ ਕੇ ਅਤੇ ਆਪਾਂ ਕਿਹੜੇ ਪਾਸੇ ਨੂੰ ਫਿਰਾਦ ਬਣੇ ਹੋਏ ਹਾਂ ਕੌਣ ਮਾਫ਼ ਕਰੂ ਆਪਾਂ ਨੂੰ ਚਲੋ ਪਹਿਲਾਂ ਤਾਂ ਮੈਂ ਆਪਣੀ ਗੱਲ ਫਿਰ ਤੁਸੀਂ ਜੋ ਦੇਖੋ ਅੱਜ ਦੋ ਗੱਲਾਂ ਜਿਹੜੀਆਂ ਏ ਇਸ ਮਹਾਂਮਾਰੀ ਲਈ ਲੋਕਾਂ ਨੂੰ ਜਿਹੜੀਆਂ ਦੱਸਣ ਵਾਲੀ ਆ ਇੱਕ ਤਾਂ ਜਿਹੜੀ ਤਕਰੀਬਨ 16,000 ਕੋਈ ਬਹੁਤ ਵੱਡਾ ਨੰਬਰ ਨਹੀਂ ਗਾ ਪਰ ਤੁਹਾਨੂੰ ਪਤਾ ਇਸ ਵੇਲੇ ਵੈਕਸੀਨ ਦਾ ਹਾਲ ਕੀ ਆ ਦੇਸ਼ 'ਚ ਅਤੇ 16,000 ਵੈਕਸੀਨ ਆ ਜਿਹੜੀ ਉਹ ਆਪਣੀ 18 ਤੋਂ 44 ਲਈ 18-44 ਅੱਜ ਲੁਧਿਆਣੇ ਕੋਲ 16,000 ਪਹੁੰਚੀ ਆ ਆਉਣ ਵਾਲੇ ਦਿਨਾਂ 'ਚ ਜਿਹੜਾ ਹੈ ਉਹ 36,000 ਤੱਕ ਜਿਹੜੀ ਆ ਉਹ ਪਹੁੰਚੇਗੀ ਪਰ ਆਪਾਂ ਹੁਣ ਜਿਵੇਂ ਅੱਜ ਜਾ ਕੇ ਇੱਕ ਸੈਂਟਰ 'ਚ ਤੁਸੀਂ ਸਾਰੇ ਹੀ ਉੱਥੇ ਦੇਖੋ ਅੱਜ ਨੌਜਵਾਨ ਜਿਹੜੇ ਆ ਉਹਨਾਂ ਲਈ ਜਿਹੜੀ ਅੱਜ ਮੈਡੀਸਨ ਇਹ ਜਿਹੜੇ ਟੀਕਾ ਹੈ ਉਹਨਾਂ ਦੇ ਵੈਕਸੀਨ ਲੱਗ ਰਹੀ ਆ ਕਿਉਂਕਿ ਨੌਜਵਾਨ ਬੱਚਿਆਂ ਨੇ ਜਾਂ ਨੌਜਵਾਨਾਂ ਨੇ ਬਾਹਰ ਕਮਾਈ ਲਈ ਵੀ ਜਾਣਾ ਘਰ ਤਾਂ ਹੀ ਚੱਲੂਗਾ ਨਾ ਜੇ ਨੌਜਵਾਨ ਕੋਈ ਕੰਮ ਕਾਰ 'ਤੇ ਜਾਣਗੇ ਤਾਂ ਉਹਨਾਂ ਨੂੰ ਉਦੋਂ ਵੱਧ ਖਤਰਾ ਹੈ ਇਸ ਕਰਕੇ ਅੱਜ ਲੁਧਿਆਣੇ 'ਚ ਇਹ ਪ੍ਰਾਇਓਰਿਟੀ ਦੇ ਕੇ ਉਹਨਾਂ ਦੇ ਲਈ ਵੈਕਸੀਨ ਦਾ ਪ੍ਰਬੰਧ ਕੀਤਾ ਹੈ ਅਤੇ ਇੱਥੇ ਜਿਹੜਾ ਹਾਲਾਤ ਇੱਕ ਤਰੀਕੇ ਨਾਲ ਲੱਗ ਰਹੇ ਸੀ ਆਕਸੀਜਨ ਬਿਲਕੁਲ ਸਾਡੇ ਕੰਟਰੋਲ ਹੇਠ ਆ ਕਾਬੂ ਹੋਏ ਥਾਂ ਦੂਜੀ ਗੱਲ ਇੱਕ ਜਿਹੜੀ ਮੇਰੀ ਡਿਊਟੀ ਲੱਗੀ ਸੀ ਇਹ ਜਾਣਕਾਰੀ ਬਹੁਤ ਮੇਜਰ ਵੀ ਆ ਵੱਡੀ ਵੀ ਆ ਕਿਉਂਕਿ ਤੁਹਾਨੂੰ ਪਤਾ ਆਕਸੀਜਨ ਤੋਂ ਵੱਧ ਸ਼ੋਰਟੇਜ ਜਿਹੜੀ ਸੀ ਸਾਡੇ ਕੋਲ ਟੈਂਕਰਾਂ ਦੀ ਸੀ ਅਸੀਂ ਪਿਛਲੀ ਵਾਰ ਵੀ ਸਾਨੂੰ ਜਦੋਂ ਟੈਂਕਰ ਡਿਸਟ੍ਰੀਬਿਊਟ ਕਰਨੇ ਕੀਤੇ ਸੈਂਟਰ ਗੌਰਮੈਂਟ ਨੇ ਉਹਦੇ ਵਿੱਚੋਂ 4 ਦਿੱਤੇ ਹਰਿਆਣੇ ਨੂੰ 2 ਦਿੱਤੇ ਸਾਨੂੰ ਸਾਡੇ 3 ਟੈਂਕਰ ਜਿਹੜੇ ਆ ਉਹ ਏਅਰਫੋਰਸ ਲੈ ਕੇ ਜਾਂਦੀ ਹੈ ਉਹਨਾਂ ਨੂੰ 25 ਮੈਟ੍ਰਿਕ ਟਨ ਜਿਹੜਾ ਹੈ ਉਹਦੇ ਵਿੱਚ ਇੱਕ ਟਰੱਕ 'ਚ ਆਉਂਦਾ ਹੈ ਪਾਣੀ ਪੱਤੋਂ ਸਾਨੂੰ ਮਿਲ ਨਹੀਂ ਰਹੀ ਸੀ ਸਾਨੂੰ ਪੌਂਟਾ ਸਾਹਿਬ ਦੇ ਕੋਲ ਇੱਕ ਪਲਾਂਟ ਆ ਉੱਥੋਂ ਨਹੀਂ ਮਿਲ ਰਹੀ ਸੀ ਪ੍ਰਾਈਵੇਟ ਜਿਹੜੇ ਜ਼ਿਆਦਾ ਸੀ ਉਹ ਬੱਦੀ ਤੋਂ ਆਪਣਾ DMC ਅਤੇ CMC ਇਹ ਬੱਦੀ ਤੋਂ ਇਹਨਾਂ ਦੇ ਪਲਾਂਟ 'ਚੋਂ ਆਉਂਦੀ ਸੀ ਅੱਗੇ ਜਿਹੜਾ ਟੈਂਕਰ ਆਉਂਦਾ ਸੀ ਇੱਕ ਤਕਰੀਬਨ 3 ਦਿਨ ਚੱਲ ਜਾਂਦਾ ਸੀ ਨੋਰਮਲ ਹੁਣ ਕੀ ਸੀ ਵੀ ਰੋਜ਼ ਦਾ ਰੋਜ਼ ਇੱਕ ਟੈਂਕਰ ਆਉਂਦਾ ਰਾਤ ਨੂੰ ਅਤੇ ਉਹਨਾਂ ਦਾ ਪਲਾਂਟ ਆ ਜਿਹੜਾ ਉਹ 'ਚ ਉਹ ਭਰਦੇ ਆ ਅਤੇ ਉਹ ਕੰਮ ਚੱਲਦਾ ਚਲੋ ਦੂਜੀ ਗੱਲ ਸਿਲੰਡਰਾਂ ਦੀ ਆਪਣੇ ਕੋਲ ਕੋਈ ਕਮੀ ਨਹੀਂ ਛੋਟੇ ਸਿਲੰਡਰਾਂ ਦੀ ਵੀ 5 ਲੀਟਰ ਵਾਲਿਆਂ ਦੀ ਵੀ ਅਤੇ ਵੱਡਿਆਂ ਦੀ ਵੀ ਕੋਈ ਇਸ ਵੇਲੇ ਕਮੀ ਨਹੀਂ ਗੱਲ ਇਹ ਸੀ ਵੀ ਹੋਸਪਿਟਲ ਹੈਗੇ ਸੀ ਪਰ ਉਹਨਾਂ ਕੋਲ ਬੈੱਡ ਵੀ ਸੀਗੇ ਪਰ ਜੇ ਆਕਸੀਜਨ ਨਹੀਂ ਤਾਂ ਉਹਨਾਂ ਨੂੰ ਕੀ ਕਰਨਾ ਸੀ ਹੁਣ ਚਾਹੇ ਅਲੱਗ ਅਲੱਗ ਜਵੱਦੀ ਆ ਚਾਹੇ ਹੋਰ ਜਗ੍ਹਾ ਨੇ ਜਿਹੜੇ ਅਸੀਂ ਤਕਰੀਬਨ 100-200 ਬੈੱਡ ਜਿਹੜੇ ਹੋਰ ਕ੍ਰੀਏਟ ਕੀਤੇ ਆ ਇੱਥੇ ਤਕਰੀਬਨ ਤੁਹਾਡੇ ਮੂਹਰੇ ਆ ਵੀ ਅੱਜ ਬਹੁਤ ਹੀ ਧੰਨਵਾਦੀ ਹਾਂ ਮੈਂ ਸਮਝਦਾ ਉਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਸਾਡੇ ਬਾਬਾ ਜੀ ਰਾਧਾ ਸਵਾਮੀ ਸਤਸੰਗ ਭਵਨ ਜਿਹੜਾ ਹੈ ਲੁਧਿਆਣੇ 'ਚ ਕਈ ਜਗ੍ਹਾ 'ਤੇ ਅੱਜ ਉਹਨਾਂ ਨੇ ਤਕਰੀਬਨ 200-200 ਬੈੱਡ ਆ ਜਿਹੜਾ ਉਹਦਾ ਪ੍ਰਬੰਧ ਆ ਜਿਹੜਾ ਕੀਤਾ ਅਤੇ ਉਹਦੇ ਨਾਲ ਸਾਡਾ ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਸਰਕਾਰ ਆ ਇੱਥੇ ਉਹਨਾਂ ਦੇ ਨਾਲ ਜਿਹੜੀਆਂ ਨਰਸਿਸ ਨੇ ਜਿਹੜੇ ਸਾਡਾ CMO SMO ਨੇ ਉਹਨਾਂ ਦੀ ਪ੍ਰੋਪਰ ਵੀ ਕੀ ਡਾਇਟ ਆ ਜਿਹੜੀ ਕੋਵਿਡ ਪੇਸ਼ੈਂਟ ਨੂੰ ਦੇਣੀ ਆ ਉਹਦੀ ਸਪਲਾਈ ਪ੍ਰੋਪਰ ਜਿਹੜੀ ਡਾਇਟ ਉਹਨਾਂ ਨੂੰ ਚਾਹੀਦੀ ਹੈ ਉਹਦਾ ਪ੍ਰਬੰਧ ਮੈਡੀਸਨ ਪ੍ਰੋਪਰ ਜਿਹੜੀਆਂ ਉਹਨਾਂ ਨੂੰ ਦਵਾਈਆਂ ਦੇਣੀਆਂ ਉਹਦਾ ਪ੍ਰਬੰਧ ਅੱਜ ਕਿਉਂਕਿ ਪੱਖੇ ਚੱਲਦੇ ਆ ਇਸ ਵੇਲੇ ਗਰਮੀ ਆ ਜਿਹੜੀ ਉਹ ਵੱਧਦੀ ਜਾ ਰਹੀ ਆ ਉੱਤੇ ਫੁਹਾਰਿਆਂ ਦਾ ਪ੍ਰਬੰਧ ਜਿਹੜੀ ਛੱਤ 'ਤੇ ਉਹ ਕਰ ਰਿਹਾ ਵੀ ਜਿਹਦੇ ਨਾਲ 5 ਡਿਗਰੀ ਦਾ ਟੈਂਪਰੇਚਰ ਦਾ ਫਰਕ ਪਊ ਪਰ ਮੈਂ ਬੇਨਤੀ ਕੀਤੀ ਆ ਗੁਰਿੰਦਰ ਸਿੰਘ ਜੀ ਜਿਹੜਾ ਇਹ ਸਾਰਾ ਨੌਰਥ ਜ਼ੋਨ ਆ ਜਿਹੜਾ ਇੰਡੀਆ ਤਕਰੀਬਨ ਨੇਪਾਲ ਤੱਕ ਹੋਰ ਉਹਨਾਂ ਦੇ ਕੋਲ ਆ ਵੀ ਬਾਬਾ ਜੀ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਜਾਵੇ ਵੀ ਇੱਥੇ ਜਿਹੜੇ ਸਟੈਂਡਿੰਗ AC ਨੇ ਉਹ ਦੋਨੋਂ ਵਾਰਡਾਂ 'ਚ ਜਿਹੜਾ ਪ੍ਰਬੰਧ ਹੋ ਜਾਵੇ ਤਕਰੀਬਨ ਅਤੇ ਉਹਨਾਂ ਨੇ ਇਹ ਬੇਨਤੀ ਮੰਨੀ ਆ ਸਾਡੀ ਸਾਰਿਆਂ ਦੀ ਵੀ ਅਸੀਂ
ਆਉਣ ਵਾਲੇ ਦਿਨਾਂ 'ਚ ਜਿਹੜੇ ਸਟੈਂਡਿੰਗ ਏ ਸੀ ਨੇ ਪ੍ਰੋਟੋਕੋਲ ਦੇ ਹਿਸਾਬ ਨਾਲ, ਕਿਉਂਕਿ ਹਵਾ ਪ੍ਰੋਪਰ ਵੈਂਟੀਲੇਸ਼ਨ ਹੋਣਾ ਚਾਹੀਦਾ, ਵੱਡੇ ਕੂਲਰ ਵੀ ਲੱਗੇ ਉਹਦੇ ਨਾਲ ਵੀ ਅਲੱਗ 5 degrees ਤੋਂ ਥੱਲੇ ਆ ਜਿਹੜਾ ਉਹ ਉਰੇ ਗਰਮੀ ਆ ਜਿਹੜੀ ਘਟੇਗੀ। ਅਤੇ ਮੈਂ ਹੁਣ ਦੁਬਾਰਾ ਆਉਣਾ ਉਸ ਗੱਲ 'ਤੇ ਜਿਹੜੇ ਬੁਖਾਰੋ ਦੇ ਵਿੱਚ ਜਿਹੜੇ ਸਾਰੇ ਟਰੱਕ ਜਾ ਰਹੇ ਸੀ, ਤਿੰਨ ਇੱਥੋਂ ਜਾਣ ਨੂੰ 3 ਦਿਨ ਲੱਗਦੇ, ਜਦੋਂ ਭਰਦੇ ਸੀ ਫਿਰ ਉਹ ਏਅਰਫੋਰਸ ਦਾ ਜਹਾਜ਼ ਏਅਰ ਲਿਫਟ ਕਰਦਾ ਸੀ। ਅਤੇ ਮੇਰੀ ਡਿਊਟੀ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਜੀ ਨੇ ਲਾਈ, ਅਤੇ ਮੈਂ ਆਪ ਮੇਰੀ ਅਮਿਤ ਸ਼ਾਹ ਜੀ ਜਿਹੜੇ ਹੋਮ ਮਿਨਿਸਟਰ ਨੇ ਇਸ ਵੇਲੇ ਉਹਨਾਂ ਦੇ ਥੱਲੇ ਸਾਰੀਆਂ ਕਮੇਟੀਆਂ ਬਣੀਆਂ ਹੋਈਆਂ, ਅਤੇ ਸਾਨੂੰ ਹੋਰ ਜਿਹੜੇ 4 ਟੈਂਕਰ ਨੇ, ਮੇਰੀ ਬੇਨਤੀ ਜਦੋਂ ਉਹਨਾਂ ਨੂੰ ਮੈਂ ਮੁੱਖ ਮੰਤਰੀ ਸਾਹਿਬ ਵੱਲੋਂ ਕੀਤੀ ਅਤੇ ਮੇਰੀ ਗੱਲ ਹੋਈ ਉਹਨਾਂ ਨਾਲ, ਮੈਂ ਵੀ ਹੋਮ ਕਮੇਟੀ ਦਾ ਮੈਂਬਰ ਹਾਂ, ਅਤੇ ਪਿਛਲੇ 4 ਦਿਨ 'ਚ ਜਿਹੜੇ ਆ ਉਹਨਾਂ ਨਾਲ ਲਾ ਕੇ 4 ਟੈਂਕਰ ਆ ਜਿਹੜੇ ਇਸ ਵੇਲੇ ਆਪਾਂ ਨੂੰ 25 metric tons ਜਿਹੜਾ ਹੈ ਜਿਹਦੇ ਵਿੱਚ ਆਕਸੀਜਨ ਆ ਸਕਦੀ ਆ, ਪਰ ਗੱਲ ਇਹ ਆ ਉਹ ਮਿਲ ਗਏ। ਹੁਣ ਆਪਾਂ 300 metric tons ਤੱਕ ਜਿਹੜੀ ਲੋੜ ਆ ਪਹੁੰਚ ਗਈ, ਪਰ ਜੇ ਆਪਾਂ ਅੰਦਰ ਨਹੀਂ ਰਵਾਂਗੇ, ਜੇ ਆਪਾਂ ਖਿਆਲ ਨਹੀਂ ਰੱਖਾਂਗੇ ਤਾਂ ਲੋੜ ਆ 400 metric tons ਤੱਕ ਪਹੁੰਚ ਜਾਏਗੀ, ਅਤੇ ਫਿਰ ਕਿੱਥੋਂ ਲਿਆਵਾਂਗੇ। ਇਸ ਕਰਕੇ ਸਭ ਤੋਂ ਵੱਡੀ ਮੈਂ ਬੇਨਤੀ ਕਰਦਾ, ਇਹ ਕਈ ਵਾਰ ਸਖਤ ਸ਼ਬਦ ਵੀ ਵਰਤੀ ਦੇ ਆ, ਵੀ ਭਾਈ ਬਾਹਰ ਨਾ ਨਿਕਲੋ, ਬਾਹਰ ਨਾ ਨਿਕਲੋ, ਦੇਖੋ ਹਾਲਾਤ ਕੀ ਨੇ। ਤੁਸੀਂ ਅੰਕੜੇ ਜੇ ਤੁਹਾਨੂੰ ਮੈਂ ਦੱਸਾਂ ਤਾਂ ਬਹੁਤ ਹੀ ਅੰਕੜੇ ਆ ਜਿਹੜੇ ਉਹ ਭੈਭੀਤ ਕਰਨ ਵਾਲੇ ਆ। ਜੇ ਨਹੀਂ ਕਿਸੇ ਨੂੰ ਵਿਸ਼ਵਾਸ ਤਾਂ ਆਪਣੇ ਏਰੀਏ ਦੀ ਸ਼ਮਸ਼ਾਨ ਘਾਟ ਜਾ ਕੇ ਦੇਖ ਲਓ ਵੀ ਕੀ ਉੱਥੇ ਹਾਲਾਤ ਕੀ ਨੇ। ਟਾਈਮ ਨਹੀਂ ਮਿਲ ਰਿਹਾ, ਰਾਤ ਦੇ 11-12 ਵਜੇ ਤੱਕ ਜਿਹੜੀਆਂ ਉਹ ਕੋਵਿਡ ਪੇਸ਼ੈਂਟ ਦੇ ਸੰਸਕਾਰ ਕੀਤੇ ਜਾ ਰਹੇ ਆ। ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅੰਕੜੇ ਹੈਰਾਨ ਪਰੇਸ਼ਾਨ ਕਰਨ ਵਾਲੇ ਆ, ਇਹਦਾ ਮਤਲਬ ਕਿ ਅੰਕੜੇ ਹਜੇ ਪ੍ਰੋਪਰ ਤੌਰ 'ਤੇ ਸਾਹਮਣੇ ਨਹੀਂ ਆ ਰਹੇ? ਨਹੀਂ ਨਹੀਂ, ਜਿਹੜੇ ਵੀ ਆ ਰਹੇ ਆ ਉਹ ਅਜੇ ਕਿਤੇ, ਜੇ ਆਪਾਂ 30 deaths ਆਪਾਂ ਲਾਈਏ ਆਪਣੇ ਇਕੱਲੇ ਸ਼ਹਿਰ ਦੀਆਂ, ਅਤੇ ਇੰਨੀਆਂ ਹੀ ਆਪਾਂ ਦਿਹਾਤ ਦੀਆਂ ਲਾਈਏ, ਹੋਰ ਸ਼ਹਿਰਾਂ ਦੀ ਲਾਈਏ, 100 ਨੰਬਰ ਜੇ 100 ਮੌਤਾਂ ਰੋਜ਼ ਲੁਧਿਆਣੇ ਜ਼ਿਲ੍ਹੇ ਦੀਆਂ ਟੱਚ ਕਰ ਜਾਣ, ਅਤੇ ਇਹ ਇਦੋਂ ਉਹ ਵੀ ਕਰੋਨਾ ਨਾਲ ਇਦੋਂ ਵੱਡੀ ਕੀ ਗੱਲ ਹੋ ਸਕਦੀ ਹੈ? ਅਤੇ ਇਸ ਕਰਕੇ ਇੰਨੀਆਂ ਡੈਥਸ ਜਿਹੜੀਆਂ ਹੋ ਰਹੀਆਂ, ਅਤੇ ਤੁਸੀਂ ਵੀ ਮੰਨੋਗੇ ਵੀ ਤੁਹਾਡਾ ਜਾਣ ਪਛਾਣ ਦਾ ਰਿਸ਼ਤੇਦਾਰ ਇਹੋ ਜਿਹਾ ਕਿਸੇ ਦਾ ਨਹੀਂ ਹੋਊਗਾ ਜਿਹਦੀ ਇਸ ਕੋਵਿਡ 'ਚ ਡੈਥ ਨਾ ਹੋਈ ਹੋਵੇ। ਅੱਜ ਬੜੇ ਤੋਂ ਬੜਾ ਬੰਦਾ, ਗਰੀਬ ਤੋਂ ਗਰੀਬ, ਆਮ ਤੋਂ ਆਮ ਬੰਦਾ ਜਿਹੜਾ ਇਹਦੇ ਨਾਲ ਉਹਨੂੰ ਸਿੱਧੀ, ਪਿਛਲੀ ਮਹਾਂਮਾਰੀ ਹੋਰ ਸੀ, ਪਿਛਲੀ ਕੋਵਿਡ ਵੇਵ ਆ ਜਿਹੜੀ ਇਹ ਬੜੀ ਖਤਰਨਾਕ ਇਸ ਵਾਰ ਵੇਵ ਆ। ਅਤੇ ਪਿੰਡਾਂ 'ਚ ਮੈਂ ਖਾਸ ਤੌਰ 'ਤੇ 4-4 ਦਿਨਾਂ ਜਿਹੜਾ ਬੁਖਾਰ ਜਦੋਂ ਟੈਂਪਰੇਚਰ ਹੁੰਦਾ ਹੈ ਉੱਥੇ ਲਾ ਦਿੰਦੇ ਆ। ਜਦੋਂ ਦੇਖੋ ਇਹਦਾ ਬੁਖਾਰ 9-11 ਦਿਨ ਨਹੀਂ ਟੁੱਟਦਾ, ਜਿਹੜਾ ਫੀਵਰ ਆ ਜਦੋਂ ਤੁਸੀਂ 4-5 ਦਿਨ ਗੌਰ ਨਹੀਂ ਕਰਦੇ ਮੁੜ ਕੇ 100-102 ਸਿੱਧਾ ਸ਼ੂਟ ਕਰਦਾ, ਅਤੇ 9-11 ਦਿਨ ਟੈਂਪਰੇਚਰ ਰਹਿੰਦਾ ਹੈ, ਬੰਦਾ ਇੱਕਦਮ ਜਿਹੜਾ ਹੈ ਉਹ ਇੰਨੀ ਵੀਕਨੈਸ ਹੋ ਜਾਂਦੀ ਹੈ ਅਤੇ ਉੱਠਣ ਜੋਗਾ ਨਹੀਂ ਰਹਿੰਦਾ। ਇਹ ਹਾਲਾਤ ਹੋਸਪਿਟਲਾਂ 'ਚ ਬਹੁਤ ਲੁੱਟ ਹੋ ਰਹੀ ਹੈ, ਆਮ ਲੋਕ ਜਿਹੜੇ ਜਾ ਰਹੇ ਨੇ, ਦਵਾਈਆਂ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ 200 ਵਾਲੀ ਦਵਾਈ ਸਾਨੂੰ 2000 ਦੀ ਮਿਲ ਰਹੀ ਹੈ, 500 ਵਾਲੀ 5000 ਦੀ, ਆਕਸੀਜਨ ਨਹੀਂ ਕਈ ਵਾਰੀ ਪ੍ਰੋਪਰ ਲੱਗਦੀ, ਬੈੱਡ ਨਹੀਂ ਮਿਲਦੇ, ਆਕਸੀਮੀਟਰ ਦਾ ਜਿਹੜਾ ਹੈਗਾ ਪਿਛਲੇ ਸਾਲ 300-400 ਦਾ ਵਿਕਦਾ ਰਿਹਾ, ਹੁਣ 1500-1600 ਦਾ ਵਿਕ ਰਿਹਾ। ਮੈਂ ਕਹਿੰਦਾ ਜੀ ਸ਼ਰਮ ਨਾਲ ਸਿਰ ਚੁੱਕ ਰਿਹਾ, ਇਹ ਤਾਂ ਮੈਂ ਤੁਹਾਨੂੰ ਕੀ ਕਹਾਂ, ਵਿੱਚ ਹੀ ਸਾਡਾ, ਵਿੱਚ ਹੀ ਸਭ ਦਾ। ਯਾਰ ਆਪਾਂ ਸਰਕਾਰ ਤੋਂ ਇਲਾਵਾ ਹੋ ਕੇ ਮੈਂ ਗੱਲ ਕਰਦਾ, ਆਪਾਂ ਜਿਹੜੇ ਇੰਨਾ ਧਰਮ ਨੂੰ ਮੰਨਣ ਵਾਲੇ ਪੈਰ ਪੈਰ 'ਤੇ ਆਪਾਂ ਡਰਦੇ ਹਾਂ, ਆਪਾਂ ਤਾਂ ਕੀੜੀ ਥੱਲੇ ਆ ਜੇ ਆਪਣੇ ਧਰਮ 'ਚ, ਉਹ ਵੀ ਆਪਾਂ ਉਹਨਾਂ ਨੂੰ ਵੀ ਮਤਲਬ ਉਹਨਾਂ ਨੂੰ ਖਾਣ ਨੂੰ ਵੀ ਆਪਾਂ ਕੀੜੀਆਂ ਦੇ ਪਾਉਣ 'ਤੇ ਵੀ ਜਿਹੜਾ ਹੈ ਉਹ ਖਾਣਾ ਪਾਉਂਦੇ ਹਾਂ, ਆਪਾਂ ਲੰਗਰ ਲਾਉਂਦੇ ਹਾਂ, ਆਪਾਂ ਜਗਰਾਤੇ ਕਰਾਉਂਦੇ ਹਾਂ, ਆਪਾਂ ਨੱਕ ਰਗੜਦੇ ਹਾਂ ਜਾ ਮੰਦਰ ਗੁਰਦੁਆਰੇ, ਇਹ ਆਪਾਂ ਨੂੰ ਹੋ ਕੀ ਗਿਆ? ਦਸਾਂਝ ਵੈਸੇ ਕੱਢਣ ਦੀ ਗੱਲ ਆਪਣੇ ਧਰਮਾਂ 'ਚ ਕੀਤੀ ਹੋਈ ਹੈ, ਅਤੇ ਆਪਾਂ ਸਭ ਤੋਂ ਵੱਧ ਧਾਰਮਿਕ ਹੋ ਕੇ ਅਤੇ ਆਪਾਂ ਕਿਹੜੇ ਪਾਸੇ ਨੂੰ ਜਲਾਦ ਬਣੇ ਹੋਏ ਹਾਂ? ਕੌਣ ਮਾਫ਼ ਕਰੂ ਆਪਾਂ ਨੂੰ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਪਰਮਾਤਮਾ ਦੇਖ ਰਿਹਾ ਕਿਵੇਂ ਮਾਫ਼ ਕਰੂਗਾ? ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਅੱਜ ਹੀ ਮੈਨੂੰ ਕਿਸੇ ਨੇ, ਮੈਂ ਹੁਣੇ DC ਸਾਹਿਬ ਆ ਜਿਹੜੇ ਪਿਛਲੀ ਜਗ੍ਹਾ ਅਸੀਂ ਜਿੱਥੇ ਕਰ ਰਹੇ ਸੀ ਇਹਦਾ ਹਲਕਾ ਸੈਂਟਰਲ ਦੇ ਵਿੱਚ ਵੈਕਸੀਨੇਸ਼ਨ ਦਾ ਜਿਹੜਾ ਉਦਘਾਟਨ ਕੀਤਾ ਹੈ, ਉਦਘਾਟਨ ਤਾਂ ਕੀ ਕਹਾਂ, ਸ਼ੁਰੂਆਤ ਕੀਤੀ ਆ, ਉੱਥੇ ਹੀ ਮੈਂ ਕਿਹਾ, ਉੱਥੇ ਮੈਨੂੰ ਇੱਕ ਮੀਡੀਆ ਦੇ ਸਾਥੀ ਬੜੇ ਸੀਨੀਅਰ ਨੇ, ਉਹ ਕਹਿੰਦਾ ਜੀ 2 ਦਿਨ ਦਾ ਬਜ਼ੁਰਗ ਜਿਹੜੇ ਸੀਗੇ ਉਹਨਾਂ ਤੋਂ 90,000 ਰੁਪਈਆ 2 ਦਿਨ ਦਾ। ਦੱਸੋ ਵੀ ਇਹੋ ਜਿਹੀ ਕਿਹੜੀ ਦਵਾਈ ਦੇ ਤੀ, ਨੋਰਮਲ ਥੋੜ੍ਹੇ ਢਿੱਲੇ ਹੋਏ ਸੀ, 4-4 ਲੱਖ 5-5 ਲੱਖ ਬਿੱਲ, ਇਹਦਾ ਫਾਇਦਾ ਨਾ ਉਠਾਉਣ, ਨਾ ਫਾਇਦਾ ਉਠਾਉਣ ਜਿਹੜੇ ਇਹ ਲੋਕ ਨੇ, ਕੁਛ ਪ੍ਰਾਈਵੇਟ ਸੇਵਾ ਜਿਹੜੀ ਕਰ ਰਹੇ ਆ, ਜੇ ਉਹ ਵੀ ਵਿੱਚ ਵਿਚਾਰੇ ਰਗੜੇ ਜਾ ਰਹੇ ਆ, ਉਹਨਾਂ ਦੀ ਵੀ ਇਹ ਮਿੱਟੀ ਪਲੀਤ ਕਰਾ ਰਹੇ ਆ ਲੋਕ ਜਿਹੜੇ ਵਿਚਾਰੇ ਸਭ ਕੁਛ ਆਪਣਾ ਦਾਨ ਪੁੰਨ 'ਤੇ ਲਾਇਆ ਹੋਇਆ। ਇੱਕ ਸਕਿੰਟ, ਮੈਂ ਇਹ ਸਖਤੀ ਨਾਲ ਮੈਂ ਇਹ ਕਹਿਣਾ ਚਾਹੁੰਦਾ, ਐਜ਼ ਏ ਮੈਂਬਰ ਪਾਰਲੀਮੈਂਟ ਇਹ ਬੰਦੇ ਬਣੋ, ਇਹ ਕੰਮ ਅਸੀਂ ਕਰਨਾ ਨਹੀਂ ਚਾਹੁੰਦੇ। ਕਿਉਂ? ਇੱਕ ਤਾਂ ਸਾਰਾ ਮੈਡੀਕਲ ਸਟਾਫ ਆ ਜਿਹੜਾ ਉਹ ਇਸ ਵੇਲੇ ਕਿਤੇ ਰੇਡ ਕਰਨ ਨਹੀਂ ਜਾਂਦਾ, ਤੁਸੀਂ ਉਹਦਾ ਫਾਇਦਾ ਉਠਾ ਰਹੇ ਹੋ, ਕਿਉਂਕਿ ਉਹ ਆਪਣੇ ਆਪ 'ਚ ਹੀ ਹੋਸਪਿਟਲਾਂ ਨੂੰ ਸਾਂਭਣ 'ਚ, ਕੋਵਿਡ ਪੇਸ਼ੈਂਟ ਸਾਂਭਣ ਨੂੰ ਇੰਨਾ ਕੰਮ ਆ, ਵੈਕਸੀਨੇਸ਼ਨ ਦਾ, ਹੋਰ ਦਾ,
ਉਹ 'ਚ ਲੱਗੇ ਆ। ਇਸ ਵੇਲੇ ਕੋਈ ਰੇਡਿੰਗ ਪਾਰਟੀਆਂ ਸਾਡੇ ਕੋਲ ਜਿਹੜੀਆਂ ਤਿਆਰ ਨਹੀਂ ਗੀਆਂ, ਤੁਸੀਂ ਇਸ ਗੱਲ ਦਾ ਫਾਇਦਾ ਉਠਾ ਰਹੇ ਹੋ, ਇਹਦਾ ਮਤਲਬ ਇਹੀ ਹੋਇਆ ਨਾ। ਅਤੇ ਮੈਂ ਅੱਜ ਹੀ ਡਿਪਟੀ ਕਮਿਸ਼ਨਰ ਨੂੰ ਕਿਹਾ, ਉੱਦਾਂ CM ਸਾਹਿਬ ਨੇ ਵਿਨੀ ਮਹਾਜਨ ਜੀ ਚੀਫ ਸੈਕਟਰੀ ਨੇ ਉਹਨਾਂ ਨੂੰ ਕਿਹਾ ਵੀ ਕਿਵੇਂ ਵੀ ਕਰ ਇਹਨਾਂ ਦੇ ਨੱਥ ਪਾਓ। ਜੇ ਅਸੀਂ ਪਾਉਂਦੇ ਹਾਂ ਤਾਂ ਫਿਰ ਇਹ ਡਰ ਲੱਗਦਾ ਜਿਹੜਾ 2500 ਬੰਦਾ ਪਿਆ ਹੈ ਜਾਂ 2-2, 4-4 ਸੌ ਮਰੀਜ਼ ਪਿਆ ਇਹਨਾਂ ਦੇ ਹੋਸਪਿਟਲਾਂ ਦੇ ਵਿੱਚ, ਉਹਨੂੰ ਇਹ ਡਰ ਲੱਗਦਾ ਵੀ ਕਿਤੇ ਇਹ ਕੋਈ ਫਿਰ ਘਬਰਾਹਟ 'ਚ ਜਾਂ ਡਰ 'ਚ ਕੋਈ ਉਹਨਾਂ ਨਾਲ ਢਿੱਲ ਨਾ ਕਰ ਦੇਣ। ਮੈਡੀਕਲ ਸਟੋਰ ਵਾਲੇ ਨੇ ਜਿਹੜੇ ਉਹ ਮਨੋਪਲੀਆਂ ਬਣਾਈ ਬੈਠੇ ਆ, ਇੱਕ ਇੱਕ ਚੀਜ਼ ਸਾਂਭੀ ਹੋਈ ਆ ਵੀ ਤੂੰ ਆਹ ਚੀਜ਼ ਆ ਜਿਹੜੀ ਇਹਨੂੰ ਜਮ੍ਹਾਂ ਕਰ ਲਾ, ਮੈਂ ਆਹ ਚੀਜ਼ ਨੂੰ ਜਮ੍ਹਾਂ ਕਰਦਾ, ਤੂੰ ਕਹਿਣਾ ਇਹ ਉੱਥੋਂ ਮਿਲੂਗੀ। ਤੀਜਾ ਕਹਿੰਦਾ ਵੀ ਆਹ ਚੀਜ਼ ਆ ਜਿਹੜੀ ਸਿਰਫ ਉੱਥੋਂ ਮਿਲੂਗੀ, ਅਤੇ ਉਹ ਮਨਮਰਜ਼ੀ ਦੇ ਰੇਟ ਲਾ ਰਿਹਾ। ਹਟ ਜਾਓ, ਹਟ ਜਾਓ। ਨਹੀਂ, ਮੀਡੀਆ ਨੂੰ ਮੈਂ ਬੇਨਤੀ ਕਰਦਾ, ਮੀਡੀਆ ਬਹੁਤ ਸਤਿਕਾਰਯੋਗ ਆ, ਤੁਸੀਂ ਆਪਣੀਆਂ ਜ਼ਿੰਦਗੀਆਂ ਦਾਅ 'ਤੇ ਲਾ ਕੇ ਤੁਸੀਂ ਹਰ ਚੀਜ਼ ਚੈੱਕ ਕਰਦੇ ਹੋ, ਫਿਰਦੇ ਹੋ, ਤੁਸੀਂ ਵੀ ਕਿਸੇ ਦੇ ਬੱਚੇ ਹੋ, ਤੁਹਾਨੂੰ ਵੀ ਤੁਹਾਡੇ ਵੀ ਬੱਚੇ ਆ, ਤੁਹਾਨੂੰ ਵੀ ਜ਼ਿੰਦਗੀਆਂ ਪਿਆਰੀਆਂ, ਪਰ ਇਹਨਾਂ ਨੂੰ ਐਕਸਪੋਜ਼ ਕਰੋ। ਆਪਾਂ ਬਲੈਕਮੇਲ ਵਾਲੀ ਗੱਲ ਨਹੀਂ ਕਰਦੇ, ਪਰ ਇਹਨਾਂ ਨੂੰ ਕਿਤੇ ਵੀ ਇਨਫੋਰਮੇਸ਼ਨ ਮਿਲਦੀ ਆ ਉਹ ਇਹਨਾਂ ਨੂੰ ਐਕਸਪੋਜ਼ ਕਰੋ, ਅਤੇ ਸਖਤੀ ਨਾਲ ਅਸੀਂ ਇਹਨਾਂ ਨੂੰ ਦੇਖਾਂਗੇ ਫਿਰ ਇਹ ਕਿਵੇਂ ਇਹਨਾਂ ਦੇ। ਦੇਖੋ ਜੀ, ਤੁਹਾਨੂੰ ਤੁਸੀਂ MLA ਜਿਹੜੇ ਹੈਗੇ ਨੇ ਮੌਜੂਦਾ, ਜਿਹੜੇ ਜਿੰਨੇ ਵੀ ਹੈਗੇ ਨੇ, ਅਤੇ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਗੇ ਕਿ ਉਹ ਆਪਣੇ ਤੌਰ ਦੇ ਉੱਤੇ ਰੇਡ ਕਰਨ, ਕਿਉਂਕਿ ਬੇਸ਼ੱਕ ਸਟਾਫ ਦੀ ਕਮੀ ਹੈਗੀ ਅਤੇ ਬਾਕੀ MLA ਦੇਖੋ ਜੀ ਗੱਲ ਇਹ ਆ ਉਹ ਤਾਂ ਕਰ ਸਕਦੇ ਨੇ। ਮੈਂ ਕਹਿੰਦਾ ਜੀ ਕੋਈ ਵੀ ਜਿੱਥੇ ਗਲਤ ਕੰਮ ਹੁੰਦਾ, ਸਾਡੇ ਕਾਊਂਸਲਰ ਸ਼ਹਿਰ 'ਚ ਆਖਰ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ, ਆਖਰ ਜਿਹੜੇ ਵੀ NGOs ਨੇ ਜਿਹੜੇ ਕਿ ਹਮੇਸ਼ਾ ਮਦਦ ਕਰਦੇ ਆ, ਉਹ MLA ਸਵਾਨਾ ਕੋਲ ਆਪਣੀ ਆਪਣੀ ਇਹ ਸ਼ਿਕਾਇਤ ਦੱਸਣ, ਸ਼ਿਕਾਇਤ ਕਰਨ, ਅਤੇ MLA ਸਾਹਿਬ ਉਸੇ ਵੇਲੇ ਆਪਣੀ ਐਡਮਿਨਿਸਟ੍ਰੇਸ਼ਨ ਨੂੰ, ਚਾਹੇ ਉਹ ਪੁਲਿਸ ਆ, ਚਾਹੇ ਉਹ ਹੈਲਥ ਮਹਿਕਮਾ ਹੈ, ਚਾਹੇ ਕੋਈ ਹੋਰ ਆ, ਉਹਨੂੰ ਇੱਕਦਮ ਮੈਂ ਇਹ ਬੇਨਤੀ ਕਰਦਾ ਸਾਰੇ MLA ਕੌਂਸਲਰ ਸਵਾਨਾ ਨੂੰ, ਆਪਣੇ ਆਪਣੇ ਏਰੀਏ 'ਚ ਸਭ ਪਤਾ ਹੁੰਦਾ ਹੈ, ਅਤੇ ਕਿਸੇ ਨੂੰ ਨਾ ਬਖਸ਼ੋ, ਜੇ ਕਿਸੇ ਕੌਂਸਲਰ ਕੋਲ, ਕਿਸੇ ਸਾਡੇ MLA ਸਾਹਿਬ ਕੋਲ ਤਾਂ ਚਲੋ ਆਉਂਦੀ ਆਉਂਦੀ ਹੈ, ਜੇ ਕੋਈ ਸ਼ਿਕਾਇਤ ਆਉਂਦੀ ਹੈ ਕਿਸੇ ਦੀ, ਉਹਦੇ ਨਾਲ ਕੋਈ ਭਾਈ ਭਤੀਜਾ ਬਾਜੇ 'ਚ ਨਹੀਂ ਹੋਣਾ ਚਾਹੀਦਾ। ਇਹ ਮੈਂ ਸਮਝਦਾ ਇਹ ਇਨਸਾਨੀਅਤ ਦੇ ਦੁਸ਼ਮਣ ਲੋਕ ਨੇ, ਅਤੇ ਮੈਂ ਤੁਹਾਨੂੰ ਇਹ ਵੀ ਵਾਹੁੰਦਾ ਜੇ ਤੁਹਾਡੇ ਰਾਹੀਂ ਕੋਈ ਚੀਜ਼ ਮੂਹਰੇ ਆਉਂਦੀ ਆ, ਇਹ ਮੇਰੀ ਜ਼ਿੰਮੇਵਾਰੀ ਹੋਏਗੀ ਵੀ ਉਹਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ। ਉਹਦੇ ਮੈਂ ਸਮਝਦਾ ਐਸੀਆਂ ਤਾਂ ਪੀੜ੍ਹੀਆਂ ਜਿਹੜੀਆਂ ਹੈ ਉਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਜਿਹੜਾ ਇਸ ਵੇਲੇ ਇਹ ਕੰਮ ਕਰਦਾ। ਮੈਂ ਜ਼ਿੰਮੇਵਾਰੀ ਨਾਲ ਕਹਿਣਾ, ਜਿਹੜੀ ਤੁਹਾਡੀ ਮੀਡੀਆ 'ਚ ਆਏਗੀ, ਮੈਂ ਐਡਮਿਨਿਸਟ੍ਰੇਸ਼ਨ ਨੂੰ ਵੀ ਕਹਿਣਾ ਸਖਤੀ ਨਾਲ ਉਹਦੇ ਉੱਤੇ ਇੱਕਦਮ ਕਾਰਵਾਈ ਕੀਤੀ ਜਾਵੇ। ਬੇਟਾ ਜੀ, ਇੱਕ ਜਨਰਲ ਜਿਹਾ ਕੁਸ਼ਚਨ ਹੈ ਨੋਰਮਲ ਜਿਹਾ, ਕਿ ਜਿਹੜਾ ਪਰਸਨ ਪੋਜ਼ਿਟਿਵ ਆਉਂਦਾ ਵਾ, ਕੀ ਉਸ ਪਰਸਨ ਨੂੰ ਇਮੀਡੀਏਟਲੀ ਆਈਸੋਲੇਟ ਕਰਨਾ ਜ਼ਰੂਰੀ ਹੈ ਜਾਂ ਉਸਨੂੰ ਪਬਲਿਕ ਦੇ ਵਿੱਚ ਛੱਡਣਾ ਜ਼ਰੂਰੀ ਹੈ? ਦੇਖੋ, ਹੁਣ ਮੈਂ ਸਮਝ ਗਿਆ ਤੁਸੀਂ ਕੋਈ ਕੁਸ਼ਚਨ ਲਿਆਓਗੇ ਕੱਢ ਕੇ, ਪਰ ਉਹਨੂੰ 100% ਕੀ 101% ਆ ਜਿਹੜਾ ਉਹਨੂੰ ਆਈਸੋਲੇਟ ਕਰਨਾ ਚਾਹੀਦਾ, ਉਹਨੂੰ ਅਲੱਗ ਰੱਖਣਾ ਚਾਹੀਦਾ, ਉਹਨੂੰ ਆਪ ਹੀ ਇੱਕ ਇਨਸਾਨ ਦੇ ਹੋਣ ਨਾਲ, ਅਤੇ ਹੁਣ ਆਪਾਂ ਇਕੱਲੇ ਨੂੰ ਤਾਂ ਕੋਈ ਫੜ ਕੇ ਅੰਦਰ ਕਰਨ ਉਹ ਰਿਹਾ, ਉਹਨੂੰ ਆਪ ਹੀ ਸਮਝਣਾ ਚਾਹੀਦਾ ਮੈਂ ਜੇ ਸੀਰੀਅਸ ਨਹੀਂ ਗਾ ਤਾਂ ਮੈਂ ਆਪਣੇ ਕਮਰੇ 'ਚ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਆਈਸੋਲੇਟ ਹੋਵਾਂ। ਜੇ ਉਹ ਹੋਸਪਿਟਲ 'ਚ ਆ ਉੱਥੇ ਤਾਂ ਚਲੋ ਉਹਨੂੰ ਕਰਨਾ ਹੀ ਕਰਨਾ। ਕੈਂਪ ਜਿਹੜੇ ਲੱਗ ਰਹੇ ਨੇ ਕੋਵਿਡ ਚੈੱਕ ਕਰਨ ਦੇ, ਜਿਹੜੇ ਸੜਕਾਂ 'ਤੇ ਲੱਗੇ ਹੋਏ ਨੇ, ਔਰ ਹਰੇਕ ਡਾਕਟਰ ਦੀ ਟੀਮ ਲੱਗੀ ਹੋਈ ਹੈ, ਉਹ ਡਾਕਟਰ ਦੀ ਟੀਮ ਨਾਲ ਅਸੀਂ ਗੱਲ ਕੀਤੀ ਆ, ਉਹ ਕਹਿ ਰਹੇ ਨੇ ਅਸੀਂ ਰੈਪਿਡੈਕਸ ਜਿਹੜਾ ਟੈਸਟ ਲੈਂਦੇ ਹਾਂ ਉਹਦੇ ਵਿੱਚ ਵਿਦਿਨ 15 ਮਿੰਟ 'ਚ ਕਲੀਅਰ ਹੋ ਜਾਂਦਾ ਵਾ ਕਿ ਇਸ ਜਿਹੜਾ ਪਰਸਨ ਦਾ ਟੈਸਟ ਲਿੱਤਾ ਗਿਆ ਵਾ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਤਾਂ ਉਸਨੂੰ ਉਸ ਤੋਂ ਬਾਅਦ ਜੇਕਰ ਉਹ ਪੋਜ਼ਿਟਿਵ ਹੁੰਦਾ ਤਾਂ ਵੀ ਔਰ ਨੈਗੇਟਿਵ ਹੁੰਦਾ ਤਾਂ ਵੀ ਉਸਨੂੰ ਇਹ ਕਹਿ ਕੇ ਭੇਜ ਦਿੱਤਾ ਜਾਂਦਾ ਵਾ ਕਿ ਤੁਸੀਂ ਆਪਣੇ ਆਪ ਨੂੰ ਘਰ ਜਾ ਕੇ ਆਈਸੋਲੇਟ ਕਰ ਲਓ, ਔਰ ਜਿੰਨੀ ਦੇਰ ਤੁਹਾਨੂੰ ਰਿਪੋਰਟ ਨਹੀਂ ਆਉਂਦੀ ਉਨੀ ਦੇਰ ਤੁਸੀਂ ਆਈਸੋਲੇਟ ਰਹਿਣਾ। ਪਰ ਉਹ ਪਰਸਨ ਅਗਰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਦੇ ਰਸਤੇ 50 ਲੋਕਾਂ ਨੂੰ ਮਿਲਦਾ ਜਾ ਰਿਹਾ, ਤਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਬਿਮਾਰੀ ਫੈਲਾ ਰਹੀ। ਜਿਹੜੀ ਤੁਸੀਂ ਬੜੀ ਬੜੀ ਵਾਜਿਬ ਕੁਸ਼ਚਨ ਪੁੱਛਿਆ, ਕਿਉਂਕਿ ਆਪਾਂ ਜਦੋਂ ਇਹ ਕੈਂਪ ਲਗਾ ਰਹੇ ਹਾਂ, ਇਹ ਤੁਸੀਂ ਇਹ ਇਕੱਲਾ ਵੈਕਸੀਨੇਸ਼ਨ ਨਾ ਇਕੱਲਾ ਟੈਸਟਿੰਗ ਵਾਲੀ ਜਗ੍ਹਾ 'ਤੇ ਨਹੀਂ, ਇਹ ਜਿੱਥੇ ਵੈਕਸੀਨੇਸ਼ਨ ਹੋ ਰਹੀ ਆ ਉੱਥੇ ਵੀ ਹੁਣ ਮੈਂ ਦੇਖਿਆ ਲਾਈਨਾਂ ਲੱਗੀਆਂ ਹੈ, ਅਤੇ ਉੱਥੇ ਵੀ ਕੋਈ ਜਿਹੜੀ ਆ ਉਹ ਓਨੀ ਦੂਰੀ 2 ਗਜ਼ ਵਾਲੀ ਨਹੀਂ ਬਣਾਈ ਜਾ ਰਹੀ। ਇਹ ਗੱਲਾਂ ਹੈਗੀਆਂ, ਇਹ ਰਹਿਣੀਆਂ ਹੈ ਜਿੰਨਾ ਆਪਣਾ ਵੱਡੇ ਸ਼ਹਿਰ ਨੇ ਜਿੰਨੇ, ਪਰ ਹਾਂ ਇੱਥੇ ਹੀ ਹੱਥ ਜੋੜ ਕੇ ਮੈਂ ਕਹਿੰਦਾ, ਇੱਥੇ ਨਾ ਕੋਈ ਸਰਕਾਰ ਨਾ ਕੋਈ ਡਾਕਟਰ, ਇੱਥੇ ਇੱਕ ਮਾਸਕ ਇੱਕ ਐਸੀ ਚੀਜ਼ ਆ। ਮੈਂ ਆ ਜਿਵੇਂ ਮੈਂ ਕੋਵਿਡ ਪੇਸ਼ੈਂਟ ਕੋਲ ਮਿਲ ਕੇ ਆਇਆ ਕੱਲ੍ਹ ਪਰਸੋਂ ਜਾਂ ਪਹਿਲਾਂ ਵੀ, ਪਿਛਲੀ ਵਾਰ ਵੀ ਮੈਂ ਜਾਂਦਾ ਰਿਹਾ, ਜੇ ਤੁਹਾਡਾ ਮਾਸਕ ਪਾਇਆ ਹੈ ਤੁਹਾਨੂੰ ਕੋਈ ਵੀ, ਮੈਂ ਡਾਕਟਰ ਤਾਂ ਨਹੀਂ ਪਰ ਮੈਂ ਕਹੂੰ ਮੈਨੂੰ ਕੋਵਿਡ ਵੀ ਹੋ ਚੁੱਕਿਆ, ਮੈਂ ਉਹ ਵੀ ਹਾਂ, ਅਤੇ ਮੈਂ ਇੰਜੈਕਸ਼ਨ ਵੀ ਲਵਾਇਆ, ਜੇ ਤੁਸੀਂ ਉਦੋਂ ਹੀ ਜੇ ਕਿਸੇ ਦੀ ਰਿਪੋਰਟ ਆ ਗਈ ਜਾਂ ਆਉਣੀ ਆ, ਜੇ ਤੁਹਾਨੂੰ ਲੱਗਦਾ ਵੀ ਜਿਹੜਾ ਇਹ ਪੇਸ਼ੈਂਟ ਚੈੱਕ ਕਰਾਉਣਾ ਹੈ ਉਹਦੇ ਕੋਲ ਮਾਸਕ ਨਹੀਂ ਗਾ, ਉਹਨੂੰ ਆਪ ਦੇ ਦਿਓ, ਉਹਨੂੰ ਮਾਸਕ ਲਵਾ ਦਿਓ, ਉਹਨੂੰ ਘਰ ਤੱਕ
जे वह मास्क ला के जाता तो बिल्कुल वह कोई भी इन्नी गल नहीं गी भी वनू बीमारी फैला रहा, सिर्फ घर जाके वह अपना कमरे तक जाके बंद हो जाए। ये तो हुण 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 की है, एक गल होर भी सुनो, आ गल्लां आ रही सामने। तो ये भी किया है भी हैल्थ मिनिस्टर हैल्थ महकमे ने कल ये किया भी असी कोशिश करांगे भी घर घर जाके जी टेस्टिंग शुरू करिए भी आ गल्लां जिहड़ी तुसीं कीतीआं ये गल वाजिब आ, इहदे नाल खतरा हो सकता है तो हो रहा है, तो ये तो ही कोशिश की जा रही है भी टेस्टिंग है जी घर घर भी बधाई जाए। प्रवासी मौजूद है सर, घर वापसी कर रहे हैं और उन्होंने धक्केशाही भी हो रही है। बिल्कुल बिल्कुल, देखो एक गल मेरा समझो, नहीं आप हूँ लॉकडाउन आ जोड़ा वो ला देंगे, असी सब ने बहुत जोर न जो मुख्यमंत्री साहब ना मीटिंग हो रही थी तकरीबन सारे एम पी ने दो राज्यसभा ने यह किया भी लॉकडाउन लाओ। कैबिनेट के अपने आशू जी मंत्री ने जोड़े उन्होंने मैं समझना 15 मिनट बोले होने कैबिनेट मीटिंग कल भी लॉकडाउन लाओ, पर मुख्यमंत्री साहब तो जोड़े अपने डॉक्टर तलवार ने जोड़े इनू कोविड टीम हैड करते हैं, एक अपने डॉक्टर तलवार ने एक अपने राज बहादुर जी जोड़े फरीदकोट के प्रिंसीपल ने मैडिकल कॉलेज के, उन्होंने वड्डी गल आही कही भी असी जिहड़ा कोविड जे ला देंगे तो जिहड़े प्रवासी तो नहीं कमा जाना, मैं बिहार यूपी के जिहड़े साडे भरा ने उन्होंने जां जिहड़े उरे काम करन आउंदे आ उन्होंने खाण दा, क्योंकि रोज़ मेहनत करके रोजी रोटी कमाउणी आ, रोज़ रेहड़ी फड़ी वाले नूं उहनूं किवें करांगा, उन्होंने लई उह जिहड़ा है लॉकडाउन नहीं लाया हजे तक। पर जे फिर भी उन्होंने नाल आ कुछ हो रहा, मैं इहनूं अज ही मैं जिम्मेवारी नाल तुहानूं कहना, क्योंकि कल ही एक किसी चैनल पर रिपोर्ट होया सी भी जिहड़ियां वो बसा है वो बाहरले स्टेटा तो बसा आ रही है, तो बसा उन्होंने भर भर के जिहड़ियां वो लेके जा रही हैं। सर एजेंट्स उन्होंने तो पैसे देते हैं, डबल डबल किराया देते हैं, तो उन्होंने प्रवासियों को दुकान के बंद कर देते हैं। कल एक दुकान का शटर चक के 100-150 प्रवासी है जो काफ़ी ज़्यादा वायरल हुई है वीडियो सोशल मीडिया। नहीं नहीं, ये तो मैं हूँ ही RTA बैठी है मेरे को, अलग लिता उन्होंने तो कोरोना की नैगेटिव रिपोर्ट देने वो भी हो रहा, ये नहीं हो रहा। ये जी एक गल आई है सामने, वो जे टेस्ट करके उन्हों पॉजिटिव आ गया वो नैगेटिव नहीं दे रहे, पर बगैर टेस्ट तो वो कई बंदे ऐसे है भी उन्हों नैगेटिव रिपोर्ट का जो सर्टिफिकेट दे रहे, ये नहीं मैं कह रहा भी जे किसी पॉजिटिव चैक किया गया तो उस पॉजिटिव आ गया तो नैगेटिव बना दिता जाता, ये नहीं गा। पर कई एक जगह दो जगह शिकायत आई है भी नैगेटिव सर्टिफिकेट जोड़े ने वो बाहर जाने दिते जा रहे, पर इनू सख्ती नाल मैं जिम्मेवारी ना थोनू कहना है भी जिम्मे मैं पहला क्या भी तुसी ये एक्सपोज करो, पर जेड़ा भी ये होया बसा तो बड़ा चल, देखो ये तो गरीब आदमी है इन्हों कुछ नहीं कहना, इन्हें तो चलान ये तो उन्होंने एक डर एक सहम आ भी चले जाइए पता नहीं की हो जाना, पर जेड़े बस कंपनियां है जेड़े बसा के मालक ने उन्होंने रज के व्डे तो व्डे उन्होंने बसा सीज तो उन्होंने चलान आ जो भारी करा, ये मैं थोड़ा विश्वास। TV5 चैनल पंजाबी हमें सबसक्राइब करो, बैल आइकन पर क्लिक करो।